ਮੇਰਾ ਨਾਂ ਸੁਰੇਸ਼ ਰਾਣਾ ਜੀ ਹੈ। ਠੀਕ ਹੈ, ਅਤੇ ਪਹਿਲੀ ਗੱਲ ਤਾਂ ਹੈਗੀ, ਇਲੈਕਸ਼ਨ ਹੋ ਰਹੇ ਆ ਪਰ ਪਬਲਿਕ ਨੂੰ ਕਿਉਂ ਤੰਗ ਕੀਤਾ ਜਾ ਰਿਹਾ? ਲੋਕ ਕਾਰੋਬਾਰ ਕਰਨਗੇ ਫਿਰ ਰੋਟੀ ਪਾਣੀ ਖਾਣਗੇ, ਅਗਰ ਮਹਿੰਗਾਈ ਥੋੜ੍ਹੀ ਜਿਹੀ ਅੱਗੇ ਇੰਨੀ ਮਹਿੰਗਾਈ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਭਾਅ ਜੀ। ਔਰ ਜਦੋਂ ਉਹਦਾ ਕਹਿੰਦਾ ਮਤਲਬ ਵੇਖੋ, ਇਹ ਤਾਂ ਤਾਨਾਸ਼ਾਹੀ ਹੋ ਗਈ ਨਾ, ਤੁਸੀਂ ਸਾਰਾ ਬਾਜ਼ਾਰ ਹੀ ਕਹਿੰਦਾ ਮਤਲਬ ਪੋਸਟਾਂ ਨਾਲ ਭਰਦਾ ਵਾ, ਬੈਨਰਾਂ ਨਾਲ ਭਰਦਾ ਵਾ ਕਿ ਬੈਨਰ ਲਵਾਉਣ ਦਾ ਵੋਟਾਂ ਪੈਣੀਆਂ ਤੁਹਾਨੂੰ। ਦੁਕਾਨਦਾਰੀ 'ਚ ਭਾਈ ਖਤਮ ਹੀ ਤੀ, ਵੇਖ ਲਿਆ ਬਾਜ਼ਾਰ ਬੰਦ ਪਿਆ ਸਾਰਾ। ਦੁਕਾਨਦਾਰੀ ਅੱਜ ਦੀ ਛੁੱਟੀ ਸੁਣੋ ਤੁਸੀਂ, ਅੱਜ ਸੰਡੇ ਬਣਾਇਆ ਜਾਏਗਾ, ਅੱਜ ਦੁਕਾਨਦਾਰਾਂ ਵਾਸਤੇ ਸੰਡੇ, ਅੱਜ ਵਰਕਿੰਗ ਡੇ ਨਹੀਂ ਗਾ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਵੇਖੋ, ਦੁਕਾਨਦਾਰ ਦਾ ਵੇਖੋ, ਕਿਸੇ ਸੇਲ 50 ਕਿਸੇ 1 ਲੱਖ ਰੁਪਿਆ ਸੇਲ, ਕਿਸੇ ਦੀ ਕਿਸੇ 20 ਹੈ, ਕਿਸੇ 25 ਹਜ਼ਾਰ ਹੈ। ਚਲੋ ਘੱਟ ਤੋਂ ਲੈ ਕੇ ਚਲੋ ਤੁਸੀਂ 2000 ਦਿਹਾੜੀ ਦੇ ਟੁੱਟੀ ਟੁੱਟੀ ਨੇ ਬੰਦੇ ਦੁਕਾਨ ਮੰਤਰੀ ਆਉਣ ਨਾਲ ਬੇੜਾ ਕਿੰਨਾ ਕੁ ਹੋਇਆ? ਮੰਤਰੀ ਦੇ ਆਉਣ ਨਾਲ ਮੰਤਰੀ ਸਾਹਿਬ ਆਉਂਦੇ, ਤੁਸੀਂ ਮੱਥਾ ਟੇਕਣਾ ਹਰਿਮੰਦਰ ਸਾਹਿਬ, ਫਿਰ ਮਨ ਨਾਲ ਜਾਂਦੇ ਮੱਥਾ ਟੇਕਦੇ ਤੇ ਆਪਣੇ ਘਰ ਚ ਜਾਂਦੇ। ਨਹੀਂ, ਸਰਕਾਰ ਦੇ ਦਾਅਵੇ ਤਾਂ ਕਹੇ, ਸਰਕਾਰ ਤਾਂ ਕਹਿੰਦੀ ਪੰਜਾਬ ਤਰੱਕੀ ਜਾਈ, ਪੰਜਾਬ ਜਿੰਨੀ ਤਰੱਕੀ ਜੀ ਤੁਸੀਂ ਵੇਖ ਲਿਆ ਭਾਜੀ, ਪੰਜਾਬ 'ਚ ਜਿੰਨੀ ਇਹ ਮਾਨ ਸਰਕਾਰ ਗਰੀਬੀ ਆਈ ਆ, ਇਹ ਅੱਜ ਤੱਕ ਕਦੀ ਕਿਸੇ ਨਹੀਂ ਵੇਖੀ। ਕੋਈ ਕਾਰੋਬਾਰ ਨਹੀਂ ਗਾ, ਕੁਛ ਨਹੀਂ ਗਾ, ਜਿੰਨਾ ਕਹਿੰਦਾ ਉਹ ਕ੍ਰਾਈਮ ਹੁਣ ਹੋ ਰਿਹਾ ਵਾ, ਅੱਜ ਤੱਕ ਕਦੀ ਹੋਇਆ ਨਹੀਂ ਪਹਿਲੇ ਕਦੇ। ਉਸ ਤਰ੍ਹਾਂ ਮਾਨ ਸਰਕਾਰਾਂ ਦੀ, ਆਮ ਆਦਮੀ ਸਰਕਾਰ, ਆਮ ਲੋਕਾਂ ਦੀ, ਤੁਹਾਨੂੰ ਕੀ ਲੱਗਦਾ ਜੀ? ਇਹ ਭਾਈ ਆਮ ਲੋਕਾਂ ਦੀ ਸਰਕਾਰ ਕਿੱਥੇ ਗਈ ਹੈ? ਇਹ ਸਰਕਾਰ ਤਾਂ ਕਹਿੰਦਾ ਮਤਲਬ ਜਿਹੜੀ ਗਈ ਆ, ਇਹ ਜਿਹੜੀ ਸਰਕਾਰ ਰਲੀ ਮਿਲੀ ਸਰਕਾਰ ਜਿਹੜੀ ਗਈ ਹੈ, ਇਹ ਆਮ ਨਹੀਂ ਗੀ ਸਰਕਾਰ, ਇਹ ਸਾਰਿਆਂ ਨਾਲ ਗਲਤ ਸਰਕਾਰ ਹੈ। ਕਰਜ਼ੇ ਦਾ ਕਰਜ਼ਾ ਲਈ ਜਾਂਦੀ ਹੈ, ਨਾ ਕਿ ਤਨਖਾਹਾਂ ਪਾ ਰਹੀਆਂ। ਲੋਕਾਂ ਨੇ ਨਵੀਂ ਸਰਕਾਰ ਚੁਣੀ, ਨਵਾਂ ਬਦਲਾਅ ਆਵੇਗਾ, ਤੁਹਾਨੂੰ ਕੀ ਲੱਗਦਾ ਜੀ? ਨਵਾਂ ਬਦਲਾਅ ਹੋਇਆ ਹੋਇਆ, ਮਹਿੰਗਾਈ ਬਹੁਤ ਜ਼ਿਆਦਾ ਕਰਤੀ ਇਹਨਾਂ ਨੇ, ਤਨਖਾਹਾਂ ਮੁਲਾਜ਼ਮਾਂ ਦੀਆਂ ਮਿਲਦੀਆਂ ਨਹੀਂ ਪਈਆਂ, ਕਾਰਪੋਰੇਸ਼ਨ 'ਚ ਕਿਸੇ ਨੂੰ ਪਹਾਣੇ ਮਿਲਦੇ ਆ, ਉੱਧਰੋਂ ਇੰਨੀ ਕਣਕ ਖਰਾਬ ਹੋ ਗਈ ਆ, ਇੰਨਾ ਦਾਣਾ ਮੰਡੀ ਦਾਣਾ ਖਰਾਬ ਹੋ ਗਿਆ ਵਾ, ਆਟਾ ਹੋਰ ਮਹਿੰਗਾ ਹੋ ਜਾਣਾ ਵਾ, ਜਿੰਨਾ ਸਮਾਨ ਜਿੰਨਾ ਵੀ ਕਹਿੰਦਾ ਮਤਲਬ ਫਸਲ ਖਰਾਬ ਹੋਈ ਆ, ਇਹ ਕਹਿੰਦਾ ਮਤਲਬ ਚੀਜ਼ ਹੈਗੀ ਆ ਵੀ ਮਹਿੰਗਾਈ ਵਧਣ ਦਾ ਕਾਰਨ ਆ। ਮੇਰਾ ਨਾਂ ਰਮੇਸ਼ ਬਾਲੀ ਹੈ। ਦੇਖੋ, ਦੁਕਾਨਦਾਰੀ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਨਾ, ਹਾਂਜੀ ਕੀ ਹੈ ਜੀ, ਅੱਜ ਫਲਾਣੇ ਲੀਡਰ ਨੇ ਆਉਣਾ, ਆਈਟਮ ਘਾਣੇ ਲੀਡਰ ਨੇ ਆਉਣਾ, ਗਾਹਕ ਘਰੋਂ ਹੀ ਨਹੀਂ ਨਿਕਲਦਾ, ਉਸ ਸਮੇਂ ਦੇ ਸਾਨੂੰ ਜਾਣਾ ਹੀ ਉੱਥੋਂ ਤੱਕ ਮੁਸ਼ਕਲ ਹੋ ਜਾਣਾ, ਔਰ ਆਮ ਪਬਲਿਕ ਵਾਸਤੇ ਇੰਨੀ ਕੁ ਮੁਸ਼ਕਲ ਹੋ ਜਾਂਦੀ ਹੈ ਕਿ ਹਰ ਕੋਈ ਹਿਸਾਬ ਲਗਾ ਲੈਂਦਾ ਕਿ ਕੀ ਹਾਲ ਬਣਿਆ ਆ। ਮੋਰ ਓਵਰ ਜਿਸ ਵੇਲੇ ਆਉਂਦੇ ਆ ਅੰਦਰ, ਬਾਜ਼ਾਰ ਵਿੱਚ ਬੈਰੀਕੇਡ ਬਣਾਏ ਹੋਏ ਨੇ, ਟ੍ਰੈਫਿਕ ਨੂੰ ਕਿਉਂ ਇਸ ਤਰ੍ਹਾਂ ਡਿਸਟਰਬ ਕੀਤਾ ਜਾਂਦਾ? ਜਗ੍ਹਾ ਜਗ੍ਹਾ 'ਤੇ ਬੋਰਡ ਲਗਾਏ ਹੋਏ ਨੇ, ਇਹ ਲਗਾਉਣੇ ਅਲਾਊ ਹੈਗੇ ਆ, ਆਮ ਆਦਮੀ ਲਾਵੇ ਤਾਂ ਉਹਨੂੰ ਤਾਂ ਪੈਨਲਟੀ ਲਾਉਂਦੇ ਨੇ, ਤੋਂ ਲਾ ਕੇ ਲੈ ਜਾਂਦੇ, ਇਹ ਸਰਕਾਰ ਕਿਉਂ ਲਾਉਂਦੀ ਹੈ? ਜੇ ਸਰਕਾਰ ਕਰਕੇ ਲਾਉਂਦੇ ਨੇ ਤਾਂ ਸਰਕਾਰ ਨੂੰ ਪਹਿਲੇ ਸਭ ਤੋਂ ਕਾਨੂੰਨ ਦਾ ਆਪ ਪਾਲਣ ਕਰਨਾ ਚਾਹੀਦਾ, ਬਾਕੀ ਲੋਕਾਂ ਨੂੰ ਤਾਂ ਬਾਅਦ 'ਚ ਕਰਵਾਏਗੀ ਨਾ, ਅਤੇ ਜੇ ਮੈਂ ਆਪ ਹੀ ਨਹੀਂ ਕਰਾਂਗਾ ਤਾਂ ਕਿਸੇ ਨੂੰ ਕੀ ਕਹਾਂਗਾ? ਇਸ ਵਾਸਤੇ ਕਮ ਸੇ ਕਮ ਜਿਹੜਾ ਕੋਡ ਆਫ ਕੰਡਕਟ ਲੱਗਾ ਦਾ ਉਹਨੂੰ ਤਾਂ ਅਸੀਂ ਓਨਰ ਕਰੀਏ, ਬਾਅਦ ਦੇ ਵਿੱਚ ਕਹਿੰਦੇ ਜੀ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ, ਕਿਉਂ ਹੁੰਦਾ? ਕਿਉਂਕਿ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ। ਦੁਕਾਨਦਾਰੀ 'ਚ ਕਿੰਨਾ ਕੁ ਪ੍ਰਭਾਵ ਆ ਦਿੱਤੀ ਆ ਜੀ? ਦੁਕਾਨਦਾਰੀ ਤੁਸੀਂ ਘੁੰਮ ਕੇ ਦੇਖ ਲਓ, ਕਿਸੇ ਵੀ ਦੁਕਾਨ 'ਤੇ ਗਾਹਕ ਨਜ਼ਰ ਆਉਂਦਾ? ਗਾਹਕ ਹੈਗਾ ਹੀ ਨਹੀਂ, ਐਟਮੋਸਫੀਅਰ ਹੀ ਇਹੋ ਜਿਹਾ ਬਣ ਗਿਆ, ਗਾਹਕ ਘਰੋਂ ਹੀ ਨਹੀਂ ਨਿਕਲਦਾ। ਇਸ ਵਾਸਤੇ ਮੈਂ ਤਾਂ ਕਹਿੰਦਾ ਲੀਡਰਾਂ ਨੂੰ ਕਮ ਸੇ ਕਮ ਆਉਣਾ ਹੀ ਨਹੀਂ ਚਾਹੀਦਾ। ਇਹ ਜਿਹੜੇ ਬੋਰਡ ਬਾਜ਼ਾਰ 'ਚ ਪੂਰੇ ਭਰੇ ਆ ਜੀ, ਭਗਵੰਤ ਮਾਨ ਦੇ ਅਤੇ ਹੋਰ ਮੰਤਰੀਆਂ, ਸਾਰੇ ਬੋਰਡ ਸਾਰੇ ਇਲੀਗਲ ਨੇ, ਕੋਈ ਇਹਦੀ ਪਰਮਿਸ਼ਨ ਨਹੀਂ, ਕੋਈ ਕੁਝ ਨਹੀਂ। ਹਾਂ ਵੀ ਠੀਕ ਆ, ਮਾਈਟ ਇਜ਼ ਰਾਈਟ, ਮੈਂ ਜੋ ਮਰਜ਼ੀ ਕਰ ਲਾਂ, ਮੈਨੂੰ ਪੁੱਛਣ ਵਾਲਾ ਕੋਈ ਨਹੀਂ। ਇਹ ਇਸ ਚੀਜ਼ ਨੂੰ ਫੋਲੋ ਕਰ ਰਹੇ ਨੇ, ਕਿਉਂਕਿ ਜਿਹਦੀ ਸਰਕਾਰ ਹੈ ਉਹ ਜੋ ਮਰਜ਼ੀ ਕਰੀ ਜਾਵੇ, ਪਰ ਨਹੀਂ, ਦੇਖੋ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਸਭ ਦਾ ਰਾਈਟ ਬਰਾਬਰ ਹੈ, CM ਵੀ ਉਸੇ ਤਰ੍ਹਾਂ ਅਤੇ PM ਵੀ ਉਸੇ ਤਰ੍ਹਾਂ ਅਤੇ ਆਮ ਇੱਕ PN ਵੀ ਉਸੇ ਤਰ੍ਹਾਂ, ਸਾਰਿਆਂ ਦਾ ਰਾਈਟ ਸੇਮ। ਨਹੀਂ, ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ, ਬਿਲਕੁਲ ਨਹੀਂ। ਓਨਰ ਆ ਦੁਕਾਨ ਦਾ, ਦੇਖੋ ਗੱਲ ਕੀ ਹੈ ਕਿ ਜਿਸ ਵੇਲੇ ਕਿਸੇ ਲੀਡਰ ਨੇ ਆਉਣਾ, ਟਾਈਮ ਟੂ ਟਾਈਮ ਆਵੇ, ਸਾਨੂੰ ਪਤਾ ਹੋਵੇ ਵੀ ਇਸ ਵੇਲੇ ਆਉਣਾ, ਕੋਈ ਸਾਨੂੰ 15-20 ਮਿੰਟ ਅੱਧਾ ਘੰਟਾ ਪਹਿਲਾਂ
ਅਸੀਂ ਪੂਰਾ ਕੋਪਰੇਟ ਕਰਨ ਨੂੰ ਤਿਆਰ ਹਾਂ, ਪਰ ਲੇਕਿਨ ਜੇ ਕਹੋ ਕਿ ਸਵੇਰ ਤੋਂ ਹੀ ਸਵੇਰੇ 9 ਵਜੇ ਦੇ ਆਏ ਹੋਏ ਹਾਂ, 9:30 ਵਜੇ ਦੇ ਸਵੇਰੇ 9 ਵਜੇ ਦੇ ਬਾਜ਼ਾਰ ਬੰਦ ਹੈਗਾ, ਬਾਜ਼ਾਰ ਬੰਦ ਆ, ਮਾਹੌਲ ਰੱਖਿਆ ਹੋਇਆ, ਨਾ ਦੁਕਾਨ 'ਤੇ ਗਾਹਕ ਨੇ ਆਉਣਾ, ਨਾ ਕਿਸੇ ਨੇ ਆਉਣਾ, ਇਹ ਕੋਈ ਤਰੀਕਾ ਥੋੜ੍ਹੀ ਹੈਗਾ ਵਾ। ਕਿਸੇ ਦੁਕਾਨ 'ਤੇ ਤੁਸੀਂ ਆ ਕੇ ਅੱਗੇ ਪੋਲ ਲੱਗਾ ਅਤੇ ਉੱਥੇ ਸਰਕਾਰੀ ਪੋਲ, ਤੁਸੀਂ ਆਪਣੇ ਬੋਲ ਲਾ ਜਾਓ, ਐਡੇ ਐਡੇ ਵੱਡੇ ਦੁਕਾਨਾਂ 'ਤੇ ਦੁਕਾਨਾਂ ਹੀ ਲੁਕ ਜਾਂਦੇ। ਇਹ ਤਾਂ ਕੋਈ ਤਰੀਕਾ ਨਹੀਂ ਨਾ ਹੈਗਾ ਚੀਜ਼ ਦਾ, ਚੋਣ ਜਾਬਤਾ ਲੱਗਾ ਹੋਇਆ ਵਾ, ਹਰ ਚੀਜ਼ ਦਾ ਕੋਈ ਸਿਸਟਮ ਹੈ, ਕੋਈ ਸਿਸਟਮ ਨਾਲ ਕੰਮ ਕਰੋ, ਕੋਈ ਸਮਝ ਆਵੇ, ਕਿਸੇ ਨੂੰ ਤਕਲੀਫ ਨਾ ਹੋਵੇ। ਤੁਸੀਂ ਸਰਕਾਰ ਜੇ ਤੁਸੀਂ ਸਰਕਾਰ ਹੋ, ਤੁਸੀਂ ਇੱਥੇ ਦੇ ਨੁਮਾਇੰਦੇ, ਤੁਹਾਨੂੰ ਚੁਣਿਆ ਗਿਆ, ਤੁਸੀਂ CM ਦੀ ਕੁਰਸੀ 'ਤੇ ਬੈਠੇ, ਤੁਹਾਨੂੰ ਸਾਰਾ ਚੀਜ਼ਾਂ ਦੇਖਣੀ ਚਾਹੀਦੀਆਂ ਵੀ ਦੁਕਾਨਦਾਰ ਦੁਖੀ ਤਾਂ ਨਹੀਂ ਹੈਗਾ, ਦੁਕਾਨਦਾਰ ਜੇ ਖੁਸ਼ਹਾਲ ਹੀ ਨਹੀਂ ਹੋਏਗਾ ਤਾਂ ਕਿੱਥੋਂ ਕਿਸੇ ਨਾਲ ਤੁਰੇਗਾ। ਅਤੇ ਚੋਣ ਜਾਬਤਾ ਲੱਗੀ ਹੋਈ ਹੈ ਜੀ, ਜਿੰਨੇ ਇੰਨੇ ਬੋਰਡ ਦੁਕਾਨਾਂ ਦੇ ਅੱਗੇ ਲਾਏ ਗਏ, ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਚੋਣ ਕਮਿਸ਼ਨ ਦੇ ਜਿਹੜੇ ਪਾਲਣ ਜਿਹੜਾ ਕਰਨਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਉਲੰਘਣਾ ਹੋ ਰਹੀ ਹੈ? ਦੇਖੋ ਤਾਂ ਤੁਹਾਡੇ ਸਾਹਮਣੇ ਹੈ ਜੀ, ਉਹ ਤਾਂ ਉਹ ਆਏ ਹੋਏ ਆ ਜੀ ਅਫਸਰ, ਲੋਕ ਤਾਂ ਆਏ ਹੋਏ, ਲੁਹਾ ਰਹੇ ਆ, ਬਕਾਇਦਾ ਅਜੇ ਕੀ ਉਹਨਾਂ ਨੇ ਲੰਘਣਾ CM ਸਾਹਿਬ ਨੇ, ਪਰ ਲੇਕਿਨ ਫਿਰ ਵੀ ਉਹ ਲਥਵਾ ਰਹੇ ਆ, ਉਹਨਾਂ ਨੂੰ ਖੁਦ ਅੰਦਰੋਂ ਚਾਨਣਾ ਕਿ ਕੰਮ ਗਲਤ ਹੋਇਆ। ਕਿਸੇ ਦੀ ਤੁਸੀਂ ਦੁਕਾਨਦਾਰੀ ਨੂੰ ਅਫਸਰ ਆਏ ਆ, ਲਵਾ ਰਹੇ ਆ ਬੋਰਡ ਆ ਰਹੇ, ਉਹ ਦੇਖੋ ਤੁਸੀਂ ਲਾਈਵ ਕਰੋ ਨਾ, ਇੱਧਰ ਤੁਸੀਂ ਕੈਮਰਾ ਮਾਰ ਰਹੇ, ਉੱਧਰ ਕੈਮਰਾ ਮਾਰੋ, ਦੇਖੋ ਉਹ ਬੋਰਡ ਲਾ ਰਹੇ ਆ, ਉੱਥੋਂ ਲਾ ਲਏ ਆ, ਉਹਨਾਂ ਨੂੰ ਆਪ ਪਤਾ ਵੀ ਇਹ ਕੰਮ ਗਲਤ ਹੈ, ਇਹ ਸਾਡੇ ਮੂੰਹ ਜ਼ਰੂਰ ਕਹਿਣਾ ਵੀ ਇਹੀ ਗਲਤ ਕਹੀ ਹੈ, ਗਲਤ ਚੀਜ਼ ਨੂੰ ਗਲਤ ਹੀ ਕਹਿਣਾ ਕਿਸੇ ਨੂੰ ਕਹਿ ਲਓ, ਬਿਲਕੁਲ ਸਹੀ ਹੈ ਜੀ। ਮੈਂ ਕਟੜਾ 6 ਦਿਨ ਦਾ, ਹੈਪੀ ਮਾਈ ਮੇਰਾ ਨਾਮ ਹੈ, ਹਾਲਵੇਅਰ ਮੈਂ ਸਾਡੀ ਦੁਕਾਨ ਹੈ। ਸਵੇਰ ਤੋਂ ਇਹਨਾਂ ਨੇ ਬੋਰਡ ਲਾਈ ਜਾ ਰਹੇ, ਸਵੇਰੇ ਆਇਆ ਇਹਨਾਂ ਕੋਲ, ਇਹਨਾਂ ਨੂੰ ਕਿਹਾ ਤੁਸੀਂ ਬੋਰਡ ਨਾ ਲਓ, ਕਹਿੰਦਾ ਜੀ ਸਾਡੇ ਕੋਲ ਪਰਮਿਸ਼ਨ ਹੈਗੀ, ਪਰਮਿਸ਼ਨ ਕੋਈ ਨਹੀਂ, ਇੱਕ ਪ੍ਰੈਸ ਰਿਪੋਰਟਰ ਆਇਆ ਸੀ ਤੁਹਾਡੇ, ਉਹਨੇ ਕਿਹਾ ਕਰਾ ਮੇਰੇ, ਉਹ ਕਹਿੰਦੇ ਤੁਹਾਡੀ ਅਜੇ ਗੁਪਤੇ, ਸਾਨੂੰ ਡਾਕਟਰ ਅਜੇ ਗੁਪਤੇ ਨੇ ਕਿਹਾ, ਉਹ ਕਹਿੰਦਾ ਅਜੇ ਗੁਪਤੇ ਨਾਲ ਗੱਲ ਕਰਾ ਦਿਓ, ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ, ਉਹ ਵੀ ਚੁੱਪ ਕਰਕੇ ਚਲ ਗਏ, ਤੋ ਨਾ ਗੱਲ ਕਰਾ ਸਕੇ ਕਿ ਨਾ, ਪਰ ਦੁਕਾਨਾਂ ਨੂੰ ਇੰਨਾ ਖਰਾਬ, ਦੁਕਾਨਦਾਰਾਂ ਨੂੰ ਇੰਨਾ ਖਰਾਬ ਕਰਦੇ, ਪੁੱਛੋ ਕੋਈ ਗੱਲ ਨਾ, ਨਹੀਂ ਜਾਂ ਤਾਂ ਦੁਕਾਨਾਂ ਹੀ ਸਾਰੇ ਲੋਕ ਬੰਦ ਕਰ ਦਈਏ ਆਪਣੀਆਂ, ਆਪਣੇ ਆਪਣੇ ਘਰਾਂ ਚੱਲ ਜਾਈਏ, ਇਹਨਾਂ ਨੇ ਹੁਣ ਚੋਣ ਕਮਿਸ਼ਨ ਦੇ ਸਭ ਆਇਆ, ਉਹਨਾਂ ਨੂੰ ਲੱਗ ਰਿਹਾ ਮੈਂ ਗਲਤ ਕੰਮ ਹੋ ਰਿਹਾ, ਉਹ ਨਾ ਲੱਗ ਕੇ ਖਲੋ ਕੇ ਬੋਰਡ ਲਵਾ ਰਹੇ ਸਾਰੇ, ਅਤੇ ਜੇ ਤੁਸੀਂ ਉੱਧਰ ਕੈਮਰਾ ਕਾਲ ਤੁਹਾਨੂੰ ਪਤਾ ਲੱਗ ਜਾਏਗਾ ਵਾਕਈ ਬੋਰਡ ਲੱਥ ਰਹੇ ਆ, ਔਰ ਲੋਕਾਂ ਦੀ ਛੱਤਾਂ 'ਤੇ ਇਹਨਾਂ ਨੇ ਆਪਣੇ ਬੈਨਰ ਟੰਗਤੇ ਆ। ਦੁਕਾਨਦਾਰੀ 'ਚ ਕਿੰਨਾ ਕੁ ਮੁਸ਼ਕਲ ਦਾ ਪ੍ਰਭਾਵ? ਮੁਸ਼ਕਲ ਸਵੇਰ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ, ਦੁਕਾਨਾਂ 'ਤੇ ਅੱਗੇ ਬੋਰਡ ਲਾਤੇ ਵੱਡੇ ਵੱਡੇ ਆਪਣੇ ਇਹਨਾਂ ਨੇ, ਅਤੇ ਅੰਦਰ ਬੈਠੇ ਮੁਰਦੇ ਨਜ਼ਰ ਆਉਂਦੇ, ਬੰਦੇ ਨਜ਼ਰ ਆਉਂਦੇ ਨਹੀਂ, ਇਹ ਤਾਂ ਹਾਲ ਉਹਨਾਂ ਨੇ ਕੀਤਾ। ਪਹਿਲੇ ਜਾਣਕਾਰੀ ਨਹੀਂ ਦਿੱਤੀ ਸੀ ਕਿ CM ਆ ਰਿਹਾ, ਕਿਸੇ ਨੂੰ ਕੋਈ ਜਾਣਕਾਰੀ ਵਗੈਰਾ ਦਿੱਤੀ ਸੀ ਕੋਈ ਤੁਹਾਨੂੰ ਉਹਨਾਂ ਨੇ? ਸਾਨੂੰ ਜਾਣਕਾਰੀ ਕੋਈ ਦਿੱਤੀ ਨਹੀਂ ਇਹਨਾਂ ਨੇ, ਜੇ ਦਿੱਤੀ ਹੋਵੇ ਕਵਰ ਨਾ ਕਰੀਏ ਨਾਲ, ਚਲੋ ਠੀਕ ਹੈ ਯਾਰ ਕੋਈ ਗੱਲ ਨਹੀਂ, ਅਤੇ ਸਾਨੂੰ ਕੀ ਕਿਹਾ ਹੀ ਨਹੀਂ, ਅਤੇ ਸਵੇਰ ਤੋਂ ਲੈ ਕੇ ਸਾਨੂੰ ਤਾਂ ਵਾਇਲ ਹੈ, ਸਾਰੀ ਜਿੰਨੀ ਪੁਲਿਸ ਅਫਸਰ ਹੈ ਸਾਰੇ ਉਹ ਵੀ ਸਾਰੇ ਵਾਇਲ ਲੱਗੇ ਦੇ ਆ, ਅਸੀਂ ਨਹੀਂ ਇਕੱਲੇ ਲੱਗੇ, ਅਸੀਂ ਤਾਂ ਚਲੋ ਘਰ ਚੱਲ ਜਾਣਾ, ਅਸੀਂ ਉਹਨਾਂ ਪੁੱਛੋ ਕੀ ਹਾਲ ਉਹਨਾਂ ਦਾ, ਜੇ ਚਾਹ ਪਾਣੀ ਰੋਟੀ ਕੱਖ ਨਹੀਂ, ਜਿਹਨਾਂ ਨੂੰ ਕੱਖ ਨਹੀਂ ਦੇਣਾ ਉਹਨਾਂ ਨੇ।